ਵਧੀਆ ਲੱਗ ਰਿਹਾ ਆਪਣੇ ਇਲਾਕੇ ਵਿੱਚ ਆ ਕੇ ਤਾਂ ਹੋਰ ਜ਼ਿਆਦਾ ਵਧੀਆ ਲੱਗ ਰਿਹਾ ਸਭ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜਦੋਂ 1500 ਲਾਣ ਕੇ ਇਸ ਵਕਤ ਤੱਕ ਕਿਸੇ ਨੂੰ ਪਤਾ ਨਹੀਂ ਸੀਗਾ ਲੇਕਿਨ 1500 ਤੋਂ ਬਾਅਦ 800 ਤੱਕ ਪੂਰੇ ਪੰਜਾਬ ਤੋਂ ਪੂਰੇ ਹੁਸ਼ਿਆਰਪੁਰ ਤੋਂ ਜਿੰਨੀਆਂ ਦੁਆਵਾਂ ਆਈਆਂ ਨੇ ਆ ਸਿਲਵਰ ਦੂਜਾ ਜਿਹੜਾ 800 ਦਾ ਆਇਆ ਨਾ ਉਹ ਸਿਰਫ ਤੁਹਾਡੇ ਕਰਕੇ ਆਇਆ ਮੈਮ ਤੁਸੀਂ ਸਿੰਥੈਟਿਕ ਟਰੈਕ ਦੀ ਮੰਗ ਕੀਤੀ ਹੈ ਤੁਹਾਨੂੰ ਕਿਦਕੀ ਲੱਗਦਾ ਹੈ ਕਿੱਥੇ ਬੰਨਣਾ ਚਾਹੀਦਾ ਹੈ ਹੁਸ਼ਿਆਰਪੁਰ 'ਚ ਅਗਰ ਲਾਜਵੰਤੀ ਸਟੇਡੀਅਮ ਬਣ ਜੇ ਉਹ ਵੀ ਸਾਨੂੰ ਕੋਈ ਗੱਲ ਨਹੀਂ ਆਪਣਾ ਇਲਾਕਾ ਹੈ ਅਤੇ ਇਹ ਹੈ ਕਿ ਪਰ ਬਣੇ ਜ਼ਰੂਰ ਕਿਉਂਕਿ ਬਹੁਤ ਜ਼ਿਆਦਾ ਲੋੜ ਹੈ ਬੱਚਿਆਂ ਨੂੰ ਹੁਣ ਗਰਾਸ ਟਰੈਕ 'ਤੇ ਉਹ ਚੀਜ਼ ਨਹੀਂ ਬਣਦੀ ਜੋ ਇੱਕ ਸਿੰਥੈਟਿਕ 'ਤੇ ਬਣ ਸਕਦੀ ਹੈ ਅਤੇ ਉਹਦੇ ਨਾਲ ਨਾਲ ਇੱਕ ਰਿਕਵਰੀ ਸੈਂਟਰ ਬਹੁਤ ਅੱਛਾ ਹੋਣਾ ਜ਼ਰੂਰ ਚਾਹੀਦਾ ਹੈ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਜੋ ਵੀ ਕੰਮ ਕਰਨਾ ਆਪਣਾ 100% ਦੇ ਕੇ ਕਰੋ ਕਿਉਂਕਿ ਇਹ ਮੇਰਾ ਡ੍ਰੀਮ ਨਹੀਂ ਸੀਗਾ ਕਰਦੇ ਦਾ ਸੀਗਾ ਪਰ ਮੈਂ ਕੀਤਾ ਪੂਰੇ 100% ਨਾਲ ਤਿਆ ਤੁਹਾਡੇ ਮੋਹਰੇ ਹਾਂ ਜੋ ਵੀ ਕਰੋਗੇ ਆਪਣਾ 100% ਦੇ ਕੇ ਥੈਂਕ ਯੂ ਹੁਸ਼ਿਆਰਪੁਰ ਦੀ ਬੇਟੀ ਹਰਮਿਲਨ ਬੈਂਸ ਨੇ ਜਿਹਨੇ ਏਸ਼ੀਅਨ ਗੇਮ 'ਚ 1500 ਅਤੇ 800 ਮੀਟਰ 'ਚ ਦੋ ਸਿਲਵਰ ਮੈਡਲ ਜਿੱਤੇ ਆ ਔਰ ਉਹਨਾਂ ਦੇ ਇੱਕ
ਹੁਸ਼ਿਆਰਪੁਰ ਆਗਮਨ ਲਈ ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਇਸ ਜ਼ੋਰਦਾਰ ਸਵਾਗਤ 'ਤੇ ਮੈਂ ਹਰਮਿਲਨ ਬੈਂਸ ਨੂੰ, ਉਹਨਾਂ ਦੇ ਪਰਿਵਾਰ ਨੂੰ, ਬੈਂਸ ਪਰਿਵਾਰ ਨੂੰ ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇਹ ਕਾਮਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਆਉਣ ਵਾਲੀ ਓਲੰਪਿਕ 'ਚ ਹਰਮਿਲਨ ਬੈਂਸ ਸੋਨੇ ਦਾ ਤਗਮਾ ਲੈ ਕੇ ਆਵੇ, ਰਾਸ਼ਟਰ ਨੂੰ ਨਾਮ ਰੋਸ਼ਨ ਕਰੇ, ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕਰੇ, ਪੰਜਾਬ ਦਾ ਨਾਮ ਰੋਸ਼ਨ ਕਰੇ। ਇੱਦਾਂ ਦੀ ਮੇਰੀ ਕਾਮਨਾ ਉਹਦੇ ਫਿਊਚਰ ਦੀ।